ਆ ਦਲਜੀਤ ਨੇ ਬਣਾਈ ਆ ਜੋੜੀ, ਇਹਦੇ ਚ ਹਿੰਮਤ ਨੀ ਸੀ ਉਹਦਾ ਚਮਕੀਲਾ ਨਾ ਲੱਖ ਮਤਲਬ ਰੱਖ ਸਕੇ, ਉਹਨੂੰ ਖਾੜਕੂਆਂ ਨੇ ਮਾਰਿਆ ਜਾਂ ਕਿਸੇ ਹੋਰ ਨੇ, ਵਰਿੰਦਰ ਜਿੰਦੇ ਹੁਣ ਵਿਹਲੇ ਬਿਠਾ ਦੇ ਪਤਾ ਉਹਨਾਂ ਲਈ ਕੀ ਐਕਸ਼ਨ ਐਕਸ਼ਨ ਕਿਉਂ ਨੀ ਹੋ ਰਿਹਾ, ਕਿਉਂਕਿ ਉਹ ਬਾਈ ਫੇਮਸ ਨੀ ਹੈਗੇ ਹਾਲੇ ਬਾਈ। ਤੇ ਗੱਲ ਉੱਥੇ ਜਾਂਦੀ ਹੈ ਨਾ ਚਮਕੀਲੇ ਨੂੰ ਲੱਚਰਤਾ ਲਈ ਮਾਰਤਾ ਗਿਆ, ਤੁਹਾਨੂੰ ਮੈਂ ਉਹ ਲਾ ਦੂੰਗਾ ਆਹ ਸੁਣ ਲਓ ਕਰਤਾਰ ਤੇ ਕਰਦੇ ਨੇ ਉਂਗਲੀ ਪਰ ਨਜਾਇਜ਼ ਕੋਈ ਬੋਲੇ ਬੁੰਡ ਪਾੜ ਕੇ ਮੈਂ ਹੱਥ 'ਚ ਫੜਾ ਦਿਆਂ। भाई मैं अपने गंदे और अश्लील गीतों के लिए जाना जाता है और आपको तो बिल्कुल समझ नहीं आ रहा होगा क्यों। वेलकम आज थोड़ा ਸਾਡੇ ਵਲੌਗ ਦੇ ਵਿੱਚ, ਡੂਬਰੋ ਵਲੌਗ ਚੈਨਲ ਦਾ ਨਾਮ ਆ, ਮੈਂ ਵੱਡਾ ਬਾਈ ਤੇ ਛੋਟਾ ਬਾਈ, ਇਹ ਛੋਟਾ ਬਾਈ ਤੇ ਅੱਜ ਆਪਣਾ ਆਪਾਂ ਸਟਾਰਟ ਕਰ ਰਹੇ ਆ ਪੋਡਕਾਸਟ। ਦੱਸ ਦੇ ਬਾਈ ਆਪਣੇ ਬੰਦੇ ਨੂੰ ਅੱਜ ਜੋ ਚੱਲ ਰਿਹਾ ਬੜੀ ਘੈਂਟ ਗੱਲਬਾਤ, ਪਤਾ ਨਹੀਂ ਉਹਦੇ ਦਿਮਾਗ ਦੇ ਵਿੱਚ ਬੰਦੇ ਦੇ ਸਡਨਲੀ ਕੀ ਆਇਆ ਹੋਣਾ ਵੀ ਇਹ ਬੰਦੇ ਨੂੰ ਬੰਦੇ 'ਤੇ ਇੱਕ ਮੂਵੀ ਬਣਾਈ ਜਾਵੇ। ਅੱਜ ਆਪਣਾ ਪੋਡਕਾਸਟ ਹੈ ਜ਼ਿਆਦਾ ਨਹੀਂ ਚਲਾਉਂਦੇ, ਕਾਪੀਰਾਈਟ ਦਾ ਇਸ਼ੂ ਆ, ਸਮਝ ਗਏ, ਸਹੀ ਆਪਾਂ ਉਹਦਾ ਧਿਆਨ ਰੱਖਾਂਗੇ। ਗੱਲ ਹੈਗੀ ਇੱਦਾਂ, ਅੱਜ ਜਿਹੜਾ ਪੋਡਕਾਸਟ ਆਪਾਂ ਮਤਲਬ ਜੋ ਗੱਲਬਾਤ ਆ ਪੋਡਕਾਸਟ ਦਾ ਆਪਾਂ ਵੱਡੀ ਚੀਜ਼ ਆ ਇਹ, ਮਤਲਬ ਨਹੀਂ ਕਰ ਸਕਦੇ ਆਪਣੀਆਂ ਗੱਲਾਂ, ਆਪਣੀਆਂ ਗੱਲਾਂ ਜੇ ਕਹਿ ਲਈਏ ਗੱਲਾਂ ਜੋ ਅਸੀਂ ਗੱਲ ਦਰਅਸਲ ਇਹ ਆ ਜੋ ਅਸੀਂ ਦੋਨੇ ਬੈਠੇ ਗੱਲਾਂ ਕਰਦੇ ਹੁੰਦੇ ਹਾਂ ਸੋਸ਼ਲ ਮੀਡੀਆ ਦੇਖ ਕੇ, ਬਸ ਉਹਦੀ ਹੁਣ ਅਸੀਂ ਵੀਡੀਓ ਬਣਾਉਣ ਲੱਗ ਗਏ। ਸਹੀ ਹੈ, ਉਹਦੀ ਵੀਡੀਓ ਬਣਾਉਣ, ਉਹਦੀ ਵੀਡੀਓ ਬਣਾਉਣ ਲੱਗ ਗਏ। ਇਹਨੂੰ ਲੋਕ ਪੜ੍ਹੇ ਲਿਖੇ ਲੋਕ ਅੱਜ ਕੱਲ੍ਹ ਉਹਨੂੰ ਪੋਡਕਾਸਟ ਕਹਿ ਦਿੰਦੇ ਆ, ਲੇਕਿਨ ਆਪਾਂ ਕਹਿ ਦਈਏ ਜਾਂ ਦਿਲ ਦੀਆਂ ਗੱਲਾਂ ਛੋਟੇ ਵੱਡੇ ਬਾਈ ਦੀਆਂ ਗੱਲਾਂ ਇਹਨੂੰ ਜੋ ਮਰਜ਼ੀ ਤੁਸੀਂ ਕੰਸੀਡਰ ਕਰ ਸਕਦੇ ਹੋ। ਅਤੇ ਅੱਜ ਦਾ ਪੋਡਕਾਸਟ ਆਪਾਂ ਰਿਲੇਟਡ ਹੈਗਾ ਚਮਕੀਲਾ ਦੇ, ਜਿਹੜੀ ਹੁਣ ਰੀਸੈਂਟਲੀ ਚਮਕੀਲਾ ਫਿਲਮ ਜਿਹੜੀ ਰਿਲੀਜ਼ ਹੋਈ ਆ ਅਤੇ ਦਲਜੀਤ ਨੇ ਉਹਦਾ ਮੇਨ ਕਿਰਦਾਰ ਨਿਭਾਇਆ ਅਤੇ ਅਮਰਜੋਤ ਦੀ ਜਗ੍ਹਾ 'ਤੇ ਆਈ ਆ ਆਪਣੇ ਉਹ ਕੁੜੀ ਆ ਬਾਲੀਵੁੱਡ ਪਰਨੀਤੀ ਚੋਪੜਾ, ਠੀਕ ਆ। ਅਤੇ ਫਿਲਮ ਜਾ ਰਹੀ ਆ ਵਧੀਆ ਹਿੱਟ ਆ, ਆਈ ਬਿਲੀਵ ਘੈਂਟ ਘੈਂਟ ਜਾ ਰਹੀ ਆ, ਅਤੇ ਘੈਂਟ ਦੇ ਨਾਲ ਨਾਲ ਅਸਲੀ ਕੰਟਰੋਵਰਸੀਜ਼ ਵੀ ਆ ਰਹੀਆਂ ਨੇ, ਆਉਣੀਆਂ ਸੀ ਚਮਕੀਲੇ ਨਾਲ ਜੁੜੀਆਂ ਹੋਈਆਂ, ਜੁੜੀ ਸ਼ੁਰੂ ਤੋਂ ਹੀ ਜੁੜੀਆਂ ਹੋਈਆਂ, ਠੀਕ ਆ। ਆਪਾਂ ਜ਼ਿਆਦਾ ਗੱਲਾਂ 'ਤੇ ਟਾਈਮ ਵੇਸਟ ਨਾ ਕਰਦੇ ਹੋਏ ਹੈ ਨਾ, ਅਤੇ ਚਮਕੀਲੇ ਬਾਰੇ ਆਪਾਂ ਗੱਲ ਕਰ ਲਈ ਤਾਂ ਅੱਛੀ ਗੱਲ ਆ, ਹੈ ਨਾ, ਫਾਲਤੂ ਇੱਧਰ ਉੱਧਰ ਨੇ ਗੱਲਾਂ ਕਰਨਾ। ਬਿਲਕੁਲ, ਚਮਕੀਲਾ ਕੀ ਸੀਗਾ, ਅਤੇ ਚਮਕੀਲਾ ਜਿਹੜਾ ਮੇਰਾ ਬਚਪਨ ਆ ਅਤੇ ਥੋੜ੍ਹੇ ਇਹ ਮੇਰੇ ਤੋਂ 4 ਸਾਲ ਛੋਟਾ ਵਾ, 4 ਸਾਲ ਬਾਅਦ ਜਦੋਂ ਇਹ ਵੀ ਇਹਨੂੰ ਵੀ ਸੁਰਤ ਆਈ ਮਤਲਬ ਸੰਭਾਲੀ ਹੋਣੀ ਆ, ਇਹਨੇ ਵੀ ਉਹੀ ਸੁਣਿਆ ਹੋਣਾ, ਸੇਮ ਹੈ ਨਾ, ਸੇਮ ਬਚਪਨ ਲਾ ਜਵਾਨੀ ਲਾ ਚਮਕੀਲਾ ਹੀ ਸੁਣਿਆ। ਹਾਂ, ਅੱਜ ਜੇ ਕੋਈ ਉਹ ਕਰੇ ਡਿਨਾਈ ਕਰੇ ਵੀ ਅਸੀਂ ਨਹੀਂ ਸੁਣਿਆ, ਕਾਲਜ ਟਾਈਮ ਨਹੀਂ ਸੁਣਿਆ, ਸਕੂਲ ਟਾਈਮ ਨਹੀਂ ਸੁਣਿਆ, ਝੂਠ ਬੋਲਦਾ, ਸਭ ਨੇ ਸੁਣਿਆ ਵਾ, ਪੰਜਾਬੀਆਂ ਨੇ ਸਭ ਨੇ ਚਮਕੀਲਾ ਸੁਣਿਆ। ਜਿਹੜੇ ਜਿਹੜੇ ਮੇਰੇ ਨਾਲ ਦੇ ਆ ਅਗਰ ਉਹ ਕਹਿਣ ਤਾਂ ਵੀ ਨਹੀਂ ਸੁਣਿਆ ਤਾਂ ਫਿਰ ਉਹ ਝੂਠ ਆ, ਝੂਠੇ ਹੋ ਝੂਠੇ ਹੋ ਤੁਸੀਂ। ਤੇ ਚਮਕੀਲਾ ਹਰ ਇੱਕ ਨੇ ਸੁਣਿਆ, ਹਰ ਇੱਕ ਨੇ ਇੰਜੋਏ ਕੀਤਾ, ਉਹ ਗੱਲ ਠੀਕ ਆ। ਜਦੋਂ ਬੰਦਾ ਸਕਸੈਸ ਹੁੰਦਾ ਵਾ ਅਤੇ ਉਹਦੇ ਐਂਟੀ ਵੀ ਕੁਛ ਖੜੇ ਹੋ ਜਾਂਦੇ ਨੇ, ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਕਿਉਂਕਿ ਆਪਦੇ ਆਪਦਾ ਪੁਆਇੰਟ ਆਫ ਵਿਊ ਆ ਸਾਰਿਆਂ ਦਾ, ਜਿਹੜੇ ਆਪਾਂ ਵਰਲਡ ਦੇ ਵਿੱਚ ਰਹਿੰਦੇ ਹਾਂ ਸ਼ਾਇਦ ਸਾਨੂੰ ਉਹ ਚੀਜ਼ ਚੰਗੀ ਲੱਗ ਰਹੀ ਹੋਵੇ ਤਾਂ ਸਾਹਮਣੇ ਵਾਲੇ ਬੰਦੇ ਨੂੰ ਨਾਲ ਚੰਗੀ ਲੱਗੇ, ਹੈ ਨਾ, ਇਹ ਵੀ ਹੋ ਸਕਦਾ। ਇਹ ਨਹੀਂ ਹੈ ਕਿ ਵੀ ਆਪਾਂ ਫੋਰਸ ਕਰੀਏ ਕਿ ਸਾਡੀ ਵੀ ਚੀਜ਼ ਓਕੇ ਆ। ਅਤੇ ਚਮਕੀਲਾ ਇਹ ਨਾ ਤਾਂ ਅਸੀਂ ਡੀਪਲੀ ਜਾਣਾ ਕਦੋਂ ਪੈਦਾ ਹੋਇਆ ਕਦੋਂ ਉੱਠਿਆ ਜਿੰਨਾ ਕੁ ਸਾਨੂੰ ਪਤਾ, ਕਿਉਂਕਿ ਆਪਾਂ ਇੰਨੇ ਧਨੀ ਮਨੀ ਹੈ ਨਹੀਂ ਗੇ। ਡੀਪਲੀ ਆਪਾਂ ਤਾਂ ਜਾਵਾਂਗੇ ਜੇ ਆਪਾਂ ਪੋਡਕਾਸਟ ਕਰਦੇ ਹੋਈਏ, ਆਪਾਂ ਕਰਦੇ ਹਾਂ ਆਪਦੀਆਂ ਗੱਲਾਂ ਗੱਲਾਂ
ਜੋ ਦੇਖਿਆ ਕਰਤਾ ਬਹਿ ਗਏ, ਹੁਣ ਆਪਾਂ ਗੱਲਾਂ ਕਰਾਂਗੇ। ਹਾਂ ਗੱਲਾਂ ਕਰਾਂਗੇ। ਤੇ ਜਿਹੜਾ ਆਪਣਾ ਚਮਕੀਲੇ ਨੇ ਲੱਚਰਤਾ, ਜਿਹਦੀ ਪਹਿਲਾਂ ਲੱਚਰਤਾ ਤੇ ਗੱਲ ਕਰ ਲੈਂਦੇ ਹਾਂ, ਲੱਚਰਤਾ ਹੈ ਕੀ ਚੀਜ਼ ਆ, ਲੱਚਰਤਾ ਹੈ ਕੀ ਚੀਜ਼ ਆ ਉਹ ਦੱਸ ਮੈਨੂੰ। ਜਿਵੇਂ ਇਹਦੇ ਗਾਣੇ ਕਹਿੰਦੇ ਆ ਜੋ ਆਪਾਂ ਸੁਣਿਆ ਵਾ, ਡਬਲ ਮੀਨਿੰਗ ਗਾਣੇ ਆ, ਹਾਂ ਉਹਨੂੰ ਲੱਚਰਤਾ ਕਿਹਾ ਇਹਨਾਂ ਨੇ। ਓਕੇ, ਹਾਂ ਜਿਹਦੇ ਕਰਕੇ ਇਹਦਾ ਵਿਰੋਧ ਹੋਇਆ, ਜਿਹਦੇ ਕਰਕੇ ਸੁਣਿਆ ਵੀ ਇਹਨੂੰ ਮਾਰਿਆ ਵੀ ਗਿਆ ਵਾ। ਹਾਂ ਲੱਚਰਤਾ ਕਰਕੇ ਜੋ ਫਿਲਮ ਦੇ ਵਿੱਚ ਆਪਾਂ ਦੇਖਿਆ ਡੀਪਲੀ ਬਹਿ ਕੇ, ਤੇ ਵੀ ਤੂੰ ਆਹ ਗਾਣੇ ਬੰਦ ਕਰ ਦੇ। ਬਟ ਸਾਰੀ ਲੱਚਰ ਗਾਣੇ ਨਹੀਂ ਸੀਗੇ ਤੇ ਡਬਲ ਮੀਨਿੰਗ ਨਹੀਂ ਸੀ, ਵਧੀਆ ਗਾਣੇ ਵੀ ਸੀ, ਘੈਂਟ ਵੀ ਸੀ, ਆਪਾਂ ਵੀ ਸੁਣਦੇ ਰਹੇ ਹਾਂ। ਲੱਚਰਤਾ ਆਉਂਦੀ ਕਿੱਥੋਂ ਆ, ਮਤਲਬ ਕਿੱਥੋਂ ਤੂੰ ਸਮਝ ਲੈ, ਮੈਂ ਅਗਰ ਕੋਈ ਲੱਚਰਤਾ ਮੂਵੀ ਬਣਾ ਰਿਹਾ ਜਾਂ ਮੈਂ ਕੁਛ ਦੇਖ, ਮੇਰੇ ਦਿਮਾਗ 'ਚ ਗੱਲ ਆਈ, ਮੈਂ ਸੋਸ਼ਲ ਮੀਡੀਆ ਤੱਕ ਬੋਲ, ਕੋਈ ਵੀ ਚੀਜ਼, ਚੰਗੀ ਚੀਜ਼, ਮੰਦੀ ਚੀਜ਼, ਔਰ ਉਹ ਅਗਰ ਤਾਂ ਕੋਈ ਮੰਦੀ ਮਾੜੀ ਚੀਜ਼ ਆ ਹੈਗੀ ਆ, ਅਗਰ ਉਹਨੂੰ ਮੈਂ ਓਬਜ਼ਰਵ ਕਰਕੇ ਕੁਛ ਲਿਖਾਂ, ਸ਼ਾਇਦ ਉਹ ਲੱਚਰਤਾ ਹੋ ਗਈ। ਆਪਾਂ ਵੀ ਏਡੇ ਗਿਆਨੀ ਹੈ ਜੀ, ਆਪਾਂ ਸਿਰਫ ਗੱਲ ਹੀ ਕਰ ਸਕਦੇ ਹਾਂ। ਇਹੀ ਲੱਚਰਤਾ, ਇਹੀ ਲੱਚਰਤਾ, ਲੱਚਰਤਾ ਇਨ ਦਾ ਸੈਂਸ, ਜਿੱਥੇ ਤੱਕ ਆਪਾਂ ਸੁਣਿਆ ਵਾ ਫਿਲਮ ਦੇ ਵਿੱਚ ਵੀ ਔਰ ਇੰਟਰਵਿਊ, ਫਿਲਮ ਦੇ ਵਿੱਚ ਨਹੀਂ ਹੈਗਾ, ਸੈਪਰੇਟ ਇੰਟਰਵਿਊ ਦੇ ਵਿੱਚ ਉਹਦਾ ਕੋਈ ਜ਼ਿਕਰ ਹੀ ਹੋਣਾ, ਨਾਲ ਜੀ ਨੇ ਉਹਨੇ ਕੰਮ ਕੀਤਾ, ਅਤੇ ਕਿਉਂਕਿ ਜਦੋਂ ਅਸੀਂ ਫਿਲਮ ਦੇਖਦੇ ਸੀ ਇਕੱਠਿਆਂ ਨੇ ਬਹਿ ਕੇ ਦੇਖੀ ਆ, ਹਾਂ ਸਟੋਰੀ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਯਾਰ ਇਹਦਾ ਆਹ ਹੋਇਆ ਸੀ, ਇਹਦਾ ਇਹਦੇ ਨਾਲ ਆਹ ਹੋਇਆ ਸੀਗਾ। ਉਹ ਜਸਟ ਆਪਾਂ ਇੱਕ ਫਿਲਮ ਬਣੀ ਆ ਚਮਕੀਲੇ ਤੇ ਦੁਬਾਰਾ ਦੇਖਦੇ ਸੀ, ਸਟੋਰੀ ਤਾਂ ਤੂੰ ਪਹਿਲਾਂ ਹੀ ਦੱਸੀ ਜਾ ਰਿਹਾ ਸੀ ਮੈਨੂੰ ਨਾਲ ਦੀ ਨਾਲ। ਹਾਂ ਸਾਰੀ ਚੀਜ਼ ਜੋ ਆਪਣੇ ਆਪਾਂ ਹੰਢਾਈਏ, ਜਦੋਂ ਮਤਲਬ ਉਦੋਂ ਸੈਂਸ ਸੀਗੀ, ਸਮਝ ਸੀਗਾ ਵੀ ਯਾਰ ਚਮਕੀਲੇ ਬਾਰੇ ਲੈਜੈਂਡ ਹੋਇਆ ਬੰਦਾ ਇਹ। ਤੇ ਲੱਚਰਤਾ ਕੀ ਕਹਿੰਦੇ ਆ ਵੀ ਲੱਚਰਤਾ ਗਾਉਂਦਾ, ਲੱਚਰਤਾ ਗਾਉਂਦਾ ਯਾਰ, ਲੱਚਰਤਾ ਨੂੰ ਸਮਝਣ ਦੀ ਲੋੜ ਆ, ਉਹ ਹੁੰਦੀ ਕੀ ਚੀਜ਼ ਆ। ਠੀਕ ਆ, ਮੈਨੂੰ ਨਹੀਂ ਲੱਗਦਾ ਵੀ ਸਾਡਾ ਪੁਆਇੰਟ ਆਫ ਵਿਊ ਹੈ ਵੀ ਉਹਨੇ ਲੱਚਰਤਾ ਗਾਈ ਹੋਊਗੀ ਗਾਣੇ। ਹੁਣ ਸਾਨੂੰ ਸ਼ਾਇਦ ਕਮੈਂਟਾਂ ਦੇ ਵਿੱਚ ਵੀ ਕਹਿ ਦੇਣ ਕਿ ਯਾਰ ਤੁਸੀਂ ਉਹਦੇ ਗਾਣੇ ਸੁਣ ਲਓ, ਤੁਸੀਂ ਫਿਰ ਤੁਹਾਡੇ ਘਰ ਧੀਆਂ ਭੈਣਾਂ ਹੈ ਨਹੀਂ, ਤੁਹਾਡੇ ਉਹਦੇ ਗਾਣੇ ਤੁਸੀਂ ਬਹਿ ਕੇ ਨਹੀਂ ਸੁਣ ਸਕਦੇ। ਗੱਲ ਉਹ ਨਹੀਂ ਹੈਗੀ, ਗੱਲ ਹੈਗੀ ਆ ਉਹਨੇ ਗਾਣੇ ਜਿਹੜੇ ਉਹ ਡਬਲ ਮੀਨਿੰਗ ਗਾਇਆ, ਉਹਨੇ ਧੀਆਂ ਭੈਣਾਂ ਲਈ ਗਾਏ ਨਹੀਂ ਸੀ। ਹਾਂ ਉਹਨੇ ਗਾਏ ਪਾਰਟੀਆਂ 'ਚ ਖੜ ਕੇ ਗਾਉਣ ਲਈ, ਅਤੇ ਉਹ ਜਿਹੜੇ ਬੰਦੇ ਆਏ ਹੋਏ ਸੀਗੇ ਉਹਨਾਂ ਦੇ ਸੁਣਨ ਲਈ ਗਾਏ ਹੋਏ ਸੀਗੇ, ਸੁਣਨ ਲਈ ਗਾਏ ਹੋਏ ਵੀ ਸੀਗੇ। ਅਤੇ ਜੋ ਮੈਨੂੰ ਲੱਗਦਾ ਉਹ ਜ਼ਮਾਨੇ ਦੇ ਵਿੱਚ ਚੱਲਦਾ ਹੋਣਾ, ਛੋਟੇ ਡਿਮਾਂਡ ਬਾਈ, ਜਿਵੇਂ ਉਹ ਇੰਟਰਵਿਊ ਦੇ ਵਿੱਚ ਉਹਦੇ ਦੋਸਤ ਨੇ ਕਿਹਾ, ਜਿਹਨੇ ਉਹਨੇ ਕੰਮ ਕੀਤਾ ਬਈ ਟਿੱਲੇ, ਸਾਡੇ ਉਹਨਾਂ ਦੇ ਪਿੰਡ ਹਜੇ ਵੀ ਟਿੱਲਾ ਹੈਗਾ, ਕਹਿੰਦੇ ਟਿੱਲੇ ਦੀ ਗੱਲ ਚੱਲੀ ਤਾਂ ਉਹਨੇ ਟਿੱਲੇ 'ਤੇ ਗਾਣਾ ਗਾਤਾ ਗਾਤਾ ਠੀਕ ਆ, ਛੜੇ 'ਤੇ ਗੱਲ ਚੱਲੀ ਸਾਡੇ ਵਿੱਚ ਵਿੱਚ ਬੈਠੇ ਆਪਣੇ ਇਰਦ ਗਿਰਦ ਤੋਂ ਆਉਂਦਾ। ਜੋ ਜੋ ਰੀਸੈਂਟਲੀ ਆਪਾਂ ਚੱਕ ਲੈਂਦੇ ਹਾਂ, ਜੋ ਜੋ ਹਨੀ ਸਿੰਘ ਨੇ ਕਿੰਨੀ ਵਾਰ ਕਿਹਾ ਜਦੋਂ ਰਾਈਟਿੰਗ ਕਰਦਾ ਵਾ ਉਹ ਆਪਦੇ ਯਾਰਾਂ ਦੋਸਤਾਂ 'ਚ ਜਾਂਦਾ ਵਾ, ਮਾਹੌਲ 'ਚ ਜਾਂਦਾ, ਬਾਹਰ ਜਾਂਦਾ, ਲਿਖੀਆਂ ਸੀ ਸਾਰੀਆਂ ਚੀਜ਼ਾਂ ਹਨਾ, ਤੇ ਇਹ ਵੀ ਓਬਜ਼ਰਵ ਕਰਦਾ ਸੀ, ਲਿਖਦਾ ਸੀ ਹਨਾ, ਤੇ ਉਹ ਗਾਉਂਦਾ ਸੀ, ਉਹ ਚਾਹੁੰਦਾ ਸੀ। ਤੇ ਆਹੀ ਮੈਨੂੰ ਲੱਗਦਾ ਲੱਚਰਤਾ ਵਾ, ਅਸੀਂ ਲੱਚਰਤਾ ਨੂੰ ਪ੍ਰਮੋਟ ਨਹੀਂ ਕਰ ਰਹੇ ਨਾ ਉਹਦਾ ਪੱਖ ਮਾਰ ਰਹੇ ਹਾਂ। ਕਿਉਂ ਸਲੀਮ, ਸਾਨੂੰ ਜਿੰਨੀ ਕੁ ਸੁਣਦੇ ਆਉਂਦੇ ਹਾਂ ਯਾਰ, ਜਿਹੜੀ ਗੱਲ ਕਰਦੇ ਆਉਂਦੇ ਹਾਂ ਬਚਪਨ ਤੋਂ ਲੈ ਕੇ ਜਵਾਨੀ ਤੱਕ, ਆਪਾਂ ਹੁਣ ਬੰਦੇ ਕਿ ਮਰਦ ਹੋ ਗਏ, ਸੀਨੀਅਰਟੀ ਵੱਲ ਨੂੰ ਪੈਰ ਧਰ ਲਿਆ, ਤਾਂ ਉਹ ਗੱਲ ਬੋਲਣੀ ਵੀ ਚਾਹੀਦੀ ਹੈ, ਸੁਣਦੇ ਆਉਂਦੇ ਹਾਂ ਯਾਰ ਉਹਨੂੰ। ਤੇ ਕਦੋਂ ਦੇ ਅਗਰ ਲੱਚਰਤਾ ਕਹਿ ਦੀਏ ਵੀ ਇੱਕੀ ਬੰਦਿਆਂ ਕੋਲ ਕਿਉਂ ਆਉਂਦੀ ਚੀਜ਼, ਮਤਲਬ ਉਹਨੂੰ ਹੀ ਟਾਰਗੇਟ ਕਿਉਂ ਕੀਤਾ ਗਿਆ ਸੀਗਾ ਲੱਚਰਤਾ, ਤੇ ਲੱਚਰਤਾ ਲਈ ਉਹਦੇ ਲਿਖੇ ਹੋਏ ਗਾਣੇ ਕਈਆਂ ਹੋਰਾਂ ਨੇ ਵੀ ਗਾਏ ਆ,
ਜੋ ਕਿ ਚੱਲੇ ਨਹੀਂ ਉਹਨਾਂ ਟਾਈਮਾਂ ਦੇ ਵਿੱਚ, ਹੈਂ ਠੀਕ ਆ ਆਪਾਂ ਇਹਨੂੰ ਆਪਾਂ ਛੱਡ ਦਿੰਦੇ ਹਾਂ ਇਹ 'ਤੇ। ਲੇਕਿਨ ਅੱਜ ਦਾ ਗਾਣਾ ਮੈਂ ਕਲਿੱਪ ਲਾਉਣ ਲਾਊਂਗਾ ਤੁਹਾਨੂੰ ਉਹ ਗਾਣੇ ਦੀ ਸ਼ੋਰਟ, ਜੈਸਮੀਨ ਸੈਂਡਲ ਦਾ, ਸੈਂਡਲਸ ਦਾ ਗਾਣਾ ਵਾ, ਠੀਕ ਆ, ਤੁਹਾਨੂੰ ਮੈਂ ਉਹ ਲਾ ਦੂੰਗਾ, ਆਹ ਸੁਣ ਲਓ ਤੁਸੀਂ। ਕਰਤਾਰ ਤੇ ਕਰਦੇ ਨੇ ਉਂਗਲੀ ਪਰ ਨਜਾਇਜ਼ ਕੋਈ ਬੋਲੇ ਬੁੰਡ ਪਾੜ ਕੇ ਮੈਂ ਹੱਥ 'ਚ ਫੜਾ ਦਿਆਂ, ਜੇ ਨਜਾਇਜ਼ ਕੋਈ ਬੋਲੇ। ਆਹ ਗਾਣਾ ਸੁਣਨ ਤੋਂ ਬਾਅਦ ਇਹ ਕੀ ਚੀਜ਼ ਆ, ਇਹਦੇ ਉੱਤੇ ਕੀ ਐਕਸ਼ਨ ਆਇਆ ਆਪਣਾ, ਜੋ ਵੀ ਆ, ਜੋ ਆਪਾਂ ਐਜ਼ ਏ ਪੰਜਾਬੀ ਭਾਈਚਾਰਾ ਆਪਾਂ ਨੂੰ ਚੰਗਾ ਹੀ ਲੱਗਦਾ, ਅਸੀਂ ਵੀ ਉਹਦੇ ਵਿੱਚ ਹੀ ਆਉਂਦੇ ਹਾਂ, ਅਤੇ ਉਹਦੇ ਵਿੱਚ ਆਪਾਂ ਕੀ ਐਕਸ਼ਨ ਲੈ ਲਿਆ ਇਹਦੇ ਉੱਤੇ। ਚੱਲ ਰਿਹਾ ਸੋਸ਼ਲ ਮੀਡੀਆ 'ਤੇ ਗਾਣਾ ਪਿਆ ਵਾ ਇਹ, ਬੜਾ ਵਾਇਰਲ ਗਾਣਾ ਵਾ, ਔਰ ਅਸੀਂ ਤਾਂ ਉਹ ਲਫ਼ਜ਼ ਰਿਪੀਟ ਵੀ ਨਹੀਂ ਕਰ ਰਹੇ, ਅਸੀਂ ਰਿਪੀਟ ਕੀ ਅਸੀਂ ਲੈ ਹੀ ਨਹੀਂ ਰਹੇ ਉਹ ਲਫ਼ਜ਼, ਨਾ ਕੋਈ ਹੋਰ ਲਊਗਾ ਸੋਸ਼ਲ ਮੀਡੀਆ 'ਤੇ, ਜਿੰਨਾ ਕੁੜੀ ਨੇ ਇੰਨੀ ਦਲੇਰੀ ਨਾਲ ਉਹ ਲਫ਼ਜ਼ ਨੂੰ ਕਹਿਤਾ। ਕਹਿਣ ਨੂੰ ਅਸੀਂ ਗਾਲਾਂ ਕੱਢਦੇ ਹਾਂ, ਸਾਨੂੰ ਕੋਈ ਕਿਸੇ ਦੀ ਕੋਈ ਪਰਵਾਹ ਤਾਂ ਹੈ ਨਹੀਂ, ਲੇਕਿਨ ਫਿਰ ਵੀ ਇੱਕ ਥੋੜ੍ਹੀ ਜਿਹੀ ਹੁੰਦੀ ਹੈ ਮਰਿਆਦਾ, ਇੱਕ ਸਟੇਜ 'ਤੇ ਖੜਨਾ ਯਾਰ, ਲੋਕਾਂ ਨੇ ਸੁਣਨਾ ਵਾ, ਅਤੇ ਗੱਲ ਉੱਥੇ ਹੀ ਆਉਂਦੀ ਹੈ ਨਾ, ਚਮਕੀਲੇ ਨੂੰ ਲੱਚਰਤਾ ਲਈ ਮਾਰਤਾ ਗਿਆ। ਹਾਂ, ਉਹੀ ਮੇਨ ਰੀਜ਼ਨ ਸੀਗਾ, ਅਤੇ ਅੱਜ ਦੇ ਟਾਈਮ 'ਚ ਵੀ ਤਾਂ ਉਦੋਂ ਵੀ ਫਿਰ ਗੰਦੇ ਗੰਦੇ ਵਰਡ ਬੋਲੇ ਜਾ ਰਹੇ ਆ ਸਟੇਜ 'ਤੇ ਖੜ ਕੇ। ਤੁਸੀਂ ਖੜ ਕੇ ਅਗਰ ਸੋਸ਼ਲ ਮੀਡੀਆ 'ਤੇ ਜਾਓ, ਸਾਰਾ ਕੁਛ ਪਿਆ ਵਾ, ਸਾਰੀ ਚੀਜ਼ ਪਈ ਹੈ। ਹੁਣ ਗੱਲ ਹੈਗੀ ਹੈ ਇਹ ਵੀ ਉਹ ਸ਼ਾਇਦ ਲੋਕ ਦੁਨੀਆਂ ਨੂੰ ਦਿਖਾਉਣ ਲਈ ਲੱਚਰਤਾ ਲਈ ਮਾਰਿਆ, ਜਾਂ ਉਹਦੀ ਸਕਸੈਸ ਨੇ ਉਹਨੂੰ ਮਰਵਾਇਆ। ਮੈਨੂੰ ਲੱਗਦਾ ਹਾਂ ਸਕਸੈਸ ਨੇ ਮਾਰਿਆ, ਔਰ ਮਰਦਾ ਬੰਦਾ ਉਹਦਾ ਜਦੋਂ ਉਹਨੇ ਲੈਜੈਂਡ ਬਣਨਾ ਹੁੰਦਾ, ਲੈਜੈਂਡ ਬਣਨਾ ਹੁੰਦਾ ਨਾ, ਉਹ ਲੈਜੈਂਡ ਸਕਸੈਸ ਨੇ ਮਾਰਿਆ। ਇਹ ਤਾਂ ਚੱਲ ਆਪਾਂ ਨਹੀਂ ਸੀ, ਹੁਣ ਤਾਂ ਆਪਣੇ ਸਾਹਮਣੇ ਵੀ ਹੋ ਗਿਆ ਇੱਕ ਚਾਂਸ ਹੈ ਨਾ, ਇੱਕ ਲੈਜੈਂਡ ਹੁਣ ਮਾਰਤਾ ਇਹਨਾਂ ਨੇ। ਹਾਂ, ਤੇ ਉਦੋਂ ਕੰਮ ਬੰਦ ਕਰਾਤੇ ਸੀ ਜਿੰਨਾ ਸੁਣਿਆ, ਸਾਲ 'ਚ ਕਿੰਨੇ ਖਾੜੇ ਲਾਏ ਉਹਨੇ? ਸਾਲ ਦੇ 365 ਦਿਨ ਹੁੰਦੇ ਆ, 365 ਦਿਨਾਂ ਤੋਂ ਜ਼ਿਆਦਾ ਖਾੜੇ, 400 ਤੋਂ ਵੱਧ ਖਾੜੇ ਉਹਨੇ ਲਾਏ ਹੋਏ ਆ ਇੱਕ ਸਾਲ ਦੇ ਵਿੱਚ। ਰਿਕਾਰਡ ਆ ਜਿਹੜਾ ਅੱਜ ਤੱਕ ਟੁੱਟਿਆ ਨਹੀਂ, ਸਾਰਿਆਂ ਨਾਲੋਂ ਵੱਧ ਕੈਸਟ ਵਿਕਣ ਦਾ ਰਿਕਾਰਡ ਉਹਦੇ ਨਾਮ, ਉਹਦੇ ਨਾਮ। ਔਰ ਜਦੋਂ ਉਹਨੂੰ ਧਮਕੀਆਂ ਮਿਲੀਆਂ ਸੀਗੀਆਂ, ਉਹਨੂੰ ਚਿੱਠੀ ਆਈ ਸੀਗੀ, ਅਤੇ ਉਸ ਤੋਂ ਬਾਅਦ ਵਿੱਚ ਜੋ ਸੁਣਿਆ ਸੀ, ਉਹਨੇ ਧਾਰਮਿਕ ਕੈਸਟ ਕੱਢੀ ਸੀਗੀ, ਜੋ ਸਭ ਤੋਂ ਜ਼ਿਆਦਾ ਵਿਕਣ ਵਾਲੀ ਧਾਰਮਿਕ ਕੈਸਟ ਆ ਉਹ, ਸਮਝ ਗੱਲ। ਅਤੇ ਫਿਰ ਉਹ ਫਿਲਮ ਦੇ ਵਿੱਚ ਦਿਖਾਇਆ ਵੀ ਗਿਆ, ਉਹਨੇ ਬੰਦ ਵੀ ਕਰਤਾ, ਮਾਫ਼ੀ ਵੀ ਮੰਗ ਲਈ, ਡਰਿਆ ਵੀ ਹੋਇਆ ਸੀਗਾ, ਜੋ ਜੋ ਚੀਜ਼ ਦੇਖਣ ਨੂੰ ਮਿਲ ਰਹੀ ਆ। ਅਤੇ ਉਹ ਡਿਮਾਂਡ ਮੂਹਰਿਓ ਕੀਤੀ ਜਾ ਰਹੀ ਸੀ ਆਪਣੇ ਵਰਗੇ ਪਬਲਿਕ ਨਾ, ਜਦੋਂ ਇਕੱਠੇ ਹੁੰਦੇ ਹਾਂ ਆਪਾਂ ਵਿਆਹ ਸ਼ਾਦੀ ਦੇ ਵਿੱਚ, ਨਹੀਂ ਯਾਰ ਚਮਕੀਲਾ ਚੱਲਣ ਦੇ। ਅਤੇ ਦੂਜੀ ਗੱਲ ਬਈ, ਡਿਮਾਂਡ ਪਤਾ ਕਿਉਂ ਪੂਰੀ ਕਰ ਰਿਹਾ ਸੀ, ਸੁਣਿਆ ਵੀ ਆ ਅਤੇ ਫਿਲਮ ਦੇ ਵਿੱਚ ਵੀ ਦੇਖਿਆ, ਚਮਕੀਲਾ ਬਹੁਤ ਗਰੀਬੀ 'ਚ ਉੱਠਿਆ। ਹਾਂ, ਅਤੇ ਜਦੋਂ ਬੰਦੇ ਨੂੰ ਚਾਰ ਪੈਸੇ ਆਉਂਦੇ ਆ ਅਤੇ ਇਨਕਮ ਸੋਰਸ ਉਹੀ ਆ, ਉਹਨੇ ਡਿਮਾਂਡ ਪੂਰੀ ਕਰਦੇ ਹੀ ਜਾਣਾ ਅੱਗੇ ਦੀ ਅੱਗੇ। ਗਰੀਬੀ ਉਹਨੇ ਵਾਲੀ ਦੇਖੀ ਸੀਗੀ, ਇਨਕਮ ਸੋਰਸ ਇਹੀ ਸੀ, ਤੇ ਉਹ ਚੱਲ ਗਿਆ। ਫਿਰ ਉਹ ਚੱਲ ਗਿਆ, ਜਿੰਨਾ ਟਾਈਮ ਚੱਲਿਆ ਧਾਕੀ ਪਾ ਕੇ ਗਿਆ ਕਹਿੰਦੇ। ਤੇ ਲੱਚਰਤਾ ਨੂੰ ਪ੍ਰਮੋਸ਼ਨ ਨਹੀਂ ਹੈਗੀ, ਇਹ ਅਸੀਂ ਪ੍ਰਮੋਟ ਨਹੀਂ ਕਰਦੇ। ਅਤੇ ਗੱਲ ਮੈਨੂੰ ਲੱਗਦਾ ਉਹੀ ਆ ਜੋ ਆਪਾਂ ਹੁਣ ਕਹਿ ਕੇ ਹਟੇ ਹਾਂ, ਲੱਚਰਤਾ ਨਾਲੋਂ ਉਹਦੀ ਚੜ੍ਹਾਈ ਮਾਰ ਗਈ, ਚੜ੍ਹਾਈ ਮਾਰ ਗਈ ਲੱਚਰਤਾ ਲਈ। ਤਾਂ ਫਿਰ ਜਿਹੜੀ ਆ ਕੁੜੀ ਦਾ ਨਾਂ ਲਿਆ, ਫਿਰ ਇਹਨੂੰ ਵਾਰਨਿੰਗ ਨਹੀਂ ਆਈ ਹਜੇ ਤੱਕ ਕਿਸੇ ਦੀ? ਹਾਂ, ਨੋਟ ਓਨਲੀ ਇੱਕ ਕੁੜੀ, ਬਹੁਤ ਸਾਰਾ ਕੁਛ ਇਹੋ ਜਿਹਾ ਪਿਆ। ਹਾਂ, ਤਾਂ ਸਾਡੇ ਹੱਥ ਮੇਨ ਹੈ, ਮਤਲਬ ਇਹੀ ਸਾਡੇ ਸਾਹਮਣੇ ਵੀਡੀਓ ਅਸੀਂ ਕੱਢੀ ਆ, ਤਾਂ ਬਹੁਤ ਕੁਛ ਪਿਆ। ਜੇ ਨਾਮ ਲੈਣ ਆਈ ਤਾਂ ਬਹੁਤ ਨਾਮ ਆ ਜਾਣਗੇ। ਕਹਿਣ ਦਾ ਮਤਲਬ ਇਹ ਆ, ਉਹਨੂੰ ਵਾਰਨਿੰਗ ਆ ਗਈ, ਉਹ ਬੰਦਾ ਮਰ ਵੀ ਗਿਆ। ਜਿਹੜੇ ਅੱਜ ਦੇ ਟਾਈਮ ਦੇ ਵਿੱਚ ਲੱਚਰਤਾ ਗਾ ਰਹੇ ਆ, ਇੰਨੇ ਗੰਦੇ ਵਰਡ ਬੋਲ ਰਹੇ ਆ, ਉਹਨਾਂ ਨੂੰ ਤਾਂ ਵਾਰਨਿੰਗ ਨਾ ਕੁਛ ਹੋਰ। ਯਾਰ, ਸਿੰਗਿੰਗ ਛੱਡ ਦਿੰਦੇ ਆਪਾਂ, ਅੱਜ ਦੇ ਟਿਕਟੋਕ 'ਤੇ ਰੀਲਾਂ ਚੱਲਦੀਆਂ, ਇੰਸਟਾ 'ਤੇ ਰੀਲਾਂ ਚੱਲਦੀਆਂ, ਜਿਹੜੀਆਂ ਕੁੜੀਆਂ ਸ਼ਰੇਆਮ ਕੈਨੇਡਾ ਦੇ ਵਿੱਚ ਬੈਠ ਕੇ, ਬਾਹਰਲੀ ਕੰਟਰੀ ਦੇ ਵਿੱਚ ਬੈਠ ਕੇ, ਈਵਨ ਨਾ ਹੁਣ ਤਾਂ ਪੰਜਾਬ ਦੇ ਵਿੱਚ ਬੈਠ ਕੇ ਵੀ ਇੰਨਾ ਗੰਦ ਪੈ ਰਿਹਾ ਵਾ,
ਤਾਂ ਉਹਨਾਂ ਲਈ ਆਪਣਾ ਕੀ ਐਕਸ਼ਨ, ਪਤਾ ਉਹਨਾਂ ਲਈ ਕੀ ਐਕਸ਼ਨ, ਐਕਸ਼ਨ ਕਿਉਂ ਨਹੀਂ ਹੋ ਰਿਹਾ? ਕਿਉਂਕਿ ਉਹ ਬਾਈ ਫੇਮਸ ਨਹੀਂ ਹੈਗੇ ਆਹ ਲੈਵਲ ਦੇ, ਉਹਨਾਂ ਨੇ ਕਿਸੇ ਦੇ ਕੰਮ ਨਹੀਂ ਬੰਦ ਕਰਵਾਏ, ਰੋਜ਼ੀ ਨਹੀਂ ਬੰਦ ਹੋਈ ਨਾ ਕਿਸੇ ਦੀ, ਉਹਨਾਂ ਨੇ ਮਿਊਜ਼ਿਕ ਨਹੀਂ ਬੰਦ, ਕਿਸੇ ਦਾ ਰੋਜ਼ੀ ਰੋਟੀ ਨਹੀਂ ਬੰਦ ਕਰਵਾਈ ਫੇਮਸ ਹੋ ਕੇ, ਇਹ ਗੱਲ ਜਿਵੇਂ ਉਹ ਲੈਜੈਂਡ ਕਰਵਾ ਗਿਆ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਗੁਰਿੰਦਰ ਜਿੰਦੇ ਹੁਣੀ ਵਿਹਲੇ ਬਿਠਾਤੇ ਸੀ ਗੁਰਿੰਦਰ ਜਿੰਦੇ ਹੁਣੀ, ਫਰਕ ਪੈਂਦਾ ਕਿਸੇ ਦੀ ਰੋਟੀ ਜਦੋਂ ਬੰਦ ਹੋ ਜਾਣੀ ਆ ਔਰ ਉਹਦਾ ਤੋੜ ਹੀ ਨਹੀਂ ਮਿਲ ਰਿਹਾ ਇਹਨੂੰ ਰੋਕੀਏ ਕਿਵੇਂ, ਹਾਂ ਫਿਰ ਇੱਕੀ ਤੋੜ ਰਹਿ ਗਿਆ ਸੀਗਾ, ਮੈਨੂੰ ਨਹੀਂ ਲੱਗ ਗਿਆ ਵੀ ਉਹਨੂੰ ਖਾੜਕੂਆਂ ਨੇ ਮਾਰਿਆ ਜਾਂ ਕਿਸੇ ਹੋਰ ਨੇ ਜਾਂ ਸਪਾਰੀ ਦਿੱਤੀ ਹੋਣੀ, ਹੁਣ ਆਪਾਂ ਇਹਦੇ ਲਈ ਕੁਛ ਬੋਲ ਤਾਂ ਸਕਦੇ ਨੀ, ਕਹਿ ਤਾਂ ਸਕਦੇ ਨੀ, ਹਾਂ ਬਸ ਹੁਣ ਆਪਦੀ ਆਪਦੀ ਸੋਚਣੀ ਆ, ਬਟ ਉਹਦੀ ਚੜ੍ਹਾਈ ਮਾਰ ਗਈ ਉਹਨੂੰ, ਆਈ ਥਿੰਕ ਲੱਚਰਤਾ ਨਾਲੋਂ ਉਹਦੀ ਚੜ੍ਹਾਈ ਉਹਨੂੰ ਮਾਰ ਗਈ। ਸੁਣਿਆ ਜੋ ਲੈਜੈਂਡ ਦੋ ਹੁਣ ਤੱਕ ਆਪਾਂ ਲੈਜੈਂਡ ਜਿਹੜੇ ਵਿਚਰੇ ਆ, ਅਸੀਂ ਸੁਰਿੰਦਰ ਬਿੰਦਰਖੀ ਨੂੰ ਵੀ ਲੈਜੈਂਡ ਹੀ ਮੰਨਦੇ ਹਾਂ, ਵਧੀਆ ਬੰਦਾ ਸਿੰਗਰ ਸੀਗਾ ਉਹ, ਲੇਕਿਨ ਉਹ ਅਗਰ ਮੌਤ ਉਹ ਉਹਨੂੰ ਅਟੈਕ ਨਾ ਆਉਂਦਾ ਗੋਲੀਆਂ ਨਾਲ ਮਰਦਾ ਉਹ, ਤਾਂ ਅੱਜ ਉਹ ਤੇ ਲੈਜੈਂਡ ਦਾ ਠੱਪਾ ਲੱਗ ਜਾਣਾ ਸੀਗਾ। ਪਰ ਜਿਵੇਂ ਬਾਈ ਤੇ ਜਿਹੜਾ ਲੈਜੈਂਡ ਅਸੀਂ ਚਮਕੀਲਾ ਸੁਣਿਆ ਸੀ, ਠੀਕ ਹੈ, ਤੇ ਜਿਹੜਾ ਸੈਕੰਡ ਲੈਜੈਂਡ ਆ, ਇੱਥੇ ਆਪਾਂ ਕਲੀਅਰ ਕਰ ਦਈਏ, ਸਿੱਧੂ ਮੂਸੇਵਾਲਾ ਸਾਡੇ ਲਈ ਲੈਜੈਂਡ ਹੈ, ਰਹੂਗਾ ਆਲਵੇਜ਼, ਅਸੀਂ ਉਹਨੂੰ ਬਹੁਤ ਪਿਆਰ ਕਰਦੇ ਹਾਂ। ਸਾਡਾ ਲੈਜੈਂਡ ਤਾਂ ਉਹੀ ਹੈ ਕਿਉਂਕਿ ਅਸੀਂ ਉਹਨੂੰ ਸੁਣਿਆ ਤੇ ਦੇਖਿਆ, ਸੁਣਿਆ ਤੇ ਦੇਖਿਆ ਦੋਵੇਂ ਚੀਜ਼ਾਂ ਸਾਡੇ 'ਚ ਹੋਈਆਂ ਉਹਦੇ ਨਾਲ, ਉਹਨੂੰ 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 ਦੇਖਿਆ ਮਤਲਬ ਸਕਸੈਸ ਹੁੰਦੇ ਹੈ ਉਹਦੀ ਉਹਦੀ ਮੌਤ ਤੱਕ ਹਨਾ ਉਹਦਾ ਸਫ਼ਰ ਦੇਖਿਆ ਅਸੀਂ, ਤਾਂ ਕਰਕੇ ਇਹਨੂੰ ਅਸੀਂ ਇਕੱਲਾ ਸੁਣਿਆ ਸੀਗਾ, ਇਹਦੇ ਬਾਰੇ ਇੰਨੀ ਕੁ ਗੱਲ ਕਰ ਸਕਦੇ ਹਾਂ ਅਸੀਂ। ਅਤੇ ਸਿੱਧੂ ਮੂਸੇਵਾਲੇ ਵਾਲੇ ਆਪਾਂ ਅਗਰ ਆਪਾਂ ਤਾਂ ਕੰਪੈਰੀਜ਼ਨ ਕਰੀਏ, ਦੋਨੋਂ ਦਾ ਟੋਟਲੀ ਡਿਫਰੈਂਟ ਡਿਫਰੈਂਟ ਹੈ, ਕੰਪੈਰੀਜ਼ਨ ਨਹੀਂ ਕੰਪੈਰੀਜ਼ਨ ਨਹੀਂ ਕਰ ਸਕਦੇ, ਲੋਕੀ ਕਰ ਵੀ ਰਹੇ ਨਹੀਂ ਯਾਰ, ਲੈਜੈਂਡ ਹੈ ਦੋਨੇ ਆਪਦੀ ਜਗ੍ਹਾ ਹੈ, ਹਾਂ ਬਟ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ। ਇਹਨੇ ਇਹਨੇ ਦਿੱਤਾ ਆਪਾਂ ਨੂੰ ਮਿਊਜ਼ਿਕ ਸੁਣਨ ਲਈ, ਅਤੇ ਉਹੋ ਜਿਹੇ ਗਾਣੇ ਵੀ, ਉਹੋ ਜਿਹੇ ਮਾਹੌਲ ਦੇ ਵਿੱਚ ਗਾਣਾ ਗਾਉਣਾ, ਅੱਜ ਅਸੀਂ ਇੱਥੇ ਬਹਿ ਕੇ ਕੋਈ ਗਾਲ ਵੀ ਨਹੀਂ ਕੱਢ ਸਕਦੇ ਕਿ ਡਬਲ ਮੀਨਿੰਗ ਜਾਂ ਕੋਈ ਗੱਲ ਕਰ ਦਈਏ, ਉਹਨੇ ਕੈਸਟਾਂ ਉਹੋ ਜਿਹੇ ਗਾਣੇ ਮਤਲਬ ਅਗਰ ਆਪਾਂ ਕਹਿ ਦਈਏ ਦੁਗਾਣੇ, ਔਰ ਕਿਹੜੇ ਟਾਈਮ ਦੇ ਵਿੱਚ ਡਬਲ ਮੀਨਿੰਗ ਵਾਲੇ ਜਿਵੇਂ ਤੁਸੀਂ ਕਹਿੰਦੇ ਹੋ ਹਨਾ, ਲੋਕ ਕਹਿੰਦੇ ਨੇ ਡਬਲ ਮੀਨਿੰਗ ਵਾਲੇ ਗਾਣੇ ਉਹ ਟਾਈਮਾਂ 'ਚ ਕੱਢੇ, ਲੋਕਾਂ ਨੂੰ ਪਸੰਦ ਆਇਆ, ਠੀਕ ਆ ਯਾਰ, ਜੇ ਲੋਕਾਂ ਨੂੰ ਪਸੰਦ ਨਾ ਆਉਂਦਾ ਤਾਂ ਉਹਦੇ ਅਖਾੜੇ ਲੱਗਦੇ, ਬੰਦ ਹੋ ਜਾਂਦਾ, ਖਤਮ ਹੋ ਜਾਂਦਾ, ਉਹ ਥੋੜੇ ਟਾਈਮ 'ਚ ਇੰਨਾ ਫੇਮਸ ਹੁੰਦਾ ਖਤਮ ਹੋ ਜਾਂਦਾ ਉਹ, ਤਾਂ ਗੱਲ ਇਹ ਆ। ਅਤੇ ਹੁਣ ਸਿੱਧੂ ਮੂਸੇਵਾਲਾ ਉਹ ਸਾਨੂੰ ਬਹੁਤ ਕੁਛ ਦੇ ਕੇ ਗਿਆ, ਅਗਰ ਉਹ ਤੋਂ ਕਿਸੇ ਨੇ ਕੁਛ ਸਿੱਖਣਾ ਹੋਵੇ ਸਿੱਧੂ ਮੂਸੇਵਾਲੇ ਤੋਂ, ਅਤੇ ਦਲੇਰੀ, ਮਾਸੂਮੀਅਤ, ਸਿੱਧੂ ਨੂੰ ਦੇਖ ਦੇਖ ਕੇ ਯਾਰ ਇਹ ਕਰੋੜਾਂ ਦਾ ਮਾਲਕ ਆ, ਇਹਦੇ ਚੱਪਲਾਂ ਪਾਈਆਂ ਯਾਰ ਉਹਦੀਆਂ, ਚੱਪਲਾਂ ਪਾਈ ਫਿਰਦਾ ਉਹ, ਉੱਥੋਂ ਨਾਲੇ ਪਿੰਡ 'ਚ ਰਹਿੰਦਾ, ਖੇਤੀ ਕਰਦਾ ਬੰਦਾ, ਸਿੰਪਲ ਸਿਟੀ ਆਉਂਦੀ ਆ ਉਹ, ਇਹ ਤੇ ਆਪਾਂ ਗੱਲ ਕਰਾਂਗੇ ਬਹੁਤ ਜ਼ਿਆਦਾ ਵਿਸਥਾਰ ਨਾਲ, ਕਿਉਂਕਿ ਇਹ ਤੇ ਇੱਕ ਅਲੱਗ ਪੋਡਕਾਸਟ ਸਿੱਧੂ ਮੂਸੇਵਾਲੇ ਲਈ ਆਪਾਂ ਰੈਡੀ ਕਰਾਂਗੇ, ਕਿਉਂਕਿ ਉਹ ਇਹਦਾ ਟੌਪਿਕ ਤਾਂ ਛਿੜਿਆ, ਮਰਜ਼ੀ ਗੱਲਾਂ ਬੁਲਾ ਲਓ ਸਿੱਧੂ ਮੂਸੇਵਾਲੇ ਲਈ ਸਾਰਾ ਦਿਨ ਬੋਲ ਸਕਦਾ, ਸਾਰਾ ਦਿਨ ਬੋਲ ਸਕਦਾ, ਇਹਦਾ ਟੌਪਿਕ ਤਾਂ ਛਿੜਿਆ, ਲੋਕੀ ਕੰਪੇਅਰ ਕਰ ਰਹੇ ਲੈਜੈਂਡ, ਲੈਜੈਂਡ ਉਹ ਵੀ ਆ ਬਾਈ, ਉਹ ਵੀ ਆ, ਬਟ ਤੁਸੀਂ ਕੰਪੇਅਰ ਨਾ ਕਰੋ। ਹਾਂ ਚਮਕੀਲਾ, ਚਮਕੀਲੇ ਦੀ ਗੱਲ ਦੱਸਾਂ, ਹਾਂ ਜੋ ਅਸ਼ਲੀਲ ਗਾਣੇ ਗਾਉਂਦਾ ਸੀ ਉਹ ਲੋਕਾਂ ਦੀ ਡਿਮਾਂਡ 'ਤੇ ਗਾਉਂਦਾ ਸੀ, ਰਾਈਟ, ਅਤੇ ਜਿਹੜਾ ਸਿੱਧੂ ਸੀ ਉਹ ਆਪਦੀ ਪਸੰਦ ਦਾ ਗਾਉਂਦਾ ਸੀ, ਉਹ ਕਹਿੰਦਾ ਲੋਕਾਂ ਨੂੰ ਇਹ ਪਸੰਦ ਆਊਗਾ, ਬੀਟ ਕਰ ਗਿਆ ਕੋਈ ਉਹਦੇ ਮੂਹਰੇ ਬਰਾਬਰ ਦਾ ਗਾਣਾ ਹੈ ਹੀ ਨੀ ਗਾ, ਨਾਲੇ ਦੋ ਸਾਲ ਹੋ ਗਏ ਉਹਨੂੰ, ਡੇਢ ਸਾਲ ਗਏ, ਡੇਢ ਦੋ ਸਾਲ ਉਹਨੂੰ ਗਏ ਨੂੰ ਹੋ ਗਏ, ਡੇਢ ਦੋ ਸਾਲ ਉਹ ਗਾਣੇ ਨੇ ਰਿਕਾਰਡ ਹੋਏ ਨੂੰ ਹੋ ਗਏ, ਹਨਾ,
ਤੇ ਅੱਜ ਵੀ ਉਹ ਚੀਜ਼ ਦਾ ਰਿਕਾਰਡ ਨਹੀਂ ਟੁੱਟ ਰਿਹਾ ਸਲੀਮ, ਨਹੀਂ ਟੁੱਟ ਰਿਹਾ ਯਾਰ। ਤੇ ਉਹ ਉਹਨੇ ਮੁੰਡੇ ਨੇ ਵੀ ਗਾਣਾ ਗਾਇਆ ਆਪਣਾ, ਕੀ ਆ ਉਹ ਨਾ ਭੁੱਲ ਗਿਆ, ਉਹ ਯੰਗ ਜਿਹਾ ਮੁੰਡਾ ਸਰਦਾਰ, ਮੈਂ ਸਮਝ ਗਿਆ ਹਨਾ, ਉਹ ਤੇਰੀ ਕੰਟਰੋਵਰਸੀ ਸੀ, ਨਾ ਭੁੱਲ ਗਿਆ ਯਾਰ, ਉਹ ਨਾ ਭੁੱਲ ਗਿਆ ਸੀ ਯਾਰ, ਮੈਂ ਕਲਿੱਪ ਜੀ ਲਾ ਦੂੰਗਾ ਉਹਦੀ ਹੈ। ਤੇ ਉਹ ਕਲਿੱਪ ਯਾਰ ਉਹਦਾ ਮਤਲਬ ਉਹ ਉਹਨੇ ਵੀ ਦੋ ਲਾਈਨਾਂ ਗਾਈਆਂ, ਦੋ ਚਾਰ ਲਾਈਨਾਂ ਇਹਨੇ ਗਾਈਆਂ, ਤੇ ਇਹਦੀਆਂ ਲਾਈਨਾਂ 'ਚ ਕਿੰਨਾ ਜ਼ਮੀਨ ਆਸਮਾਨ ਦਾ ਫਰਕ ਆ, ਠੀਕ ਹੈ। ਅੱਛਾ ਸਿੱਧੂ ਮੂਸੇ ਵਾਲੀ ਇਸ ਲਈ ਮੈਂ ਆਪਾਂ ਬਾਅਦ 'ਚੋਂ ਗੱਲ ਕਰਾਂਗੇ, ਇੱਕ ਉਹ ਕਰ ਯਾਰ, ਜਦੋਂ ਸਾਡਾ ਨਾਮ ਆਉਂਦਾ ਨਾ ਸਿੱਧੂ ਦਾ, ਅਸੀਂ ਨਿਕਲ ਲੈਂਦੇ ਹਾਂ, ਅਸੀਂ ਉਹ ਟਰੈਕ 'ਤੇ ਨਿਕਲ, ਸਾਨੂੰ ਰੋਕਣਾ ਔਖਾ ਹੋ ਜਾਂਦਾ ਕਿ ਯਾਰ ਬਾਈ ਦੀਆਂ ਗੱਲਾਂ ਕਰਦੇ ਹਾਂ। ਅਤੇ ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ ਫਿਲਮ ਦੇ ਵਿੱਚ, ਸਭ ਤੋਂ ਪਹਿਲਾਂ ਬਹੁਤ ਬਹੁਤ ਜੇ ਆਪਾਂ ਅਗਰ ਕਿਸੇ ਨੇ ਸ਼ੁਕਰੀਆ ਅਦਾ ਕਰਨਾ, ਥੈਂਕਸ ਕਰਨਾ, ਤਾਂ ਜਿਹੜਾ ਡਾਇਰੈਕਟਰ ਆ, ਡਾਇਰੈਕਟਰ ਦਾ ਕਰੋ ਬਾਈ, ਇੰਨਾ ਡੀਪਲੀ ਸਰਚ ਕੀਤਾ ਬੰਦੇ, ਉਹ ਬੰਦੇ ਨੇ ਉਹਨੇ ਦੱਸਿਆ ਡੀਪਲੀ, ਆ ਦਲਜੀਤ ਨਹੀਂ ਬਣਾਈ ਹੈ ਜੋੜੀ, ਇਹਦੇ 'ਚ ਹਿੰਮਤ ਨਹੀਂ ਸੀ ਉਹਦਾ ਚਮਕੀਲਾ ਨਾਂ ਲੱਖ ਮਤਲਬ ਰੱਖ ਸਕੇ, ਅਤੇ ਚਮਕੀਲਾ ਨਾਂ ਉਹ ਫਿਲਮ ਦਾ ਰੱਖ ਸਕੇ। ਹਾਂ ਇੱਕ ਰੀਜ਼ਨ ਹੋ ਸਕਦਾ ਕਿ ਇਹਦੇ ਕੋਲ ਕਾਪੀਰਾਈਟ ਨਾ ਹੋਣ ਉਹ ਨਾਮ ਦੇ, ਅਗਰ ਇਹਦੇ ਕੋਲ ਕਾਪੀਰਾਈਟ ਸੀ ਜਾਂ ਫਿਲਮ ਬਣਾ ਰਿਹਾ ਸੀ ਚਮਕੀਲੇ 'ਤੇ, ਇਹਨੇ ਉਹ ਫਿਲਮ ਦਾ ਨਾਂ ਰੱਖਿਆ ਜੋੜੀ, ਠੀਕ ਹੈ, ਤਾਂ ਜੋ ਕੰਟਰੋਵਰਸੀ ਨਾ ਕ੍ਰੀਏਟ ਹੋਵੇ ਅਤੇ ਲੋਕ ਇਹਨੂੰ ਕੱਲ ਨੂੰ ਗਾਲਾਂ ਨਾ ਕੱਢਣ, ਹੈ। ਅਤੇ ਉਹੀ ਬੰਦਾ ਬੋਲੀਵੁੱਡ ਵਾਲਿਆਂ ਦੇ ਹੱਥੇ ਚੜ੍ਹ ਕੇ, ਅਤੇ ਅੱਜ ਉਹ ਕਹਿੰਦਾ ਵੀ ਯਾਰ ਮੈਂ ਕੁਛ, ਅਸੀਂ ਕੁਛ ਵੀ ਨਹੀਂ ਜਾਣਦੇ ਸੀ ਚਮਕੀਲੇ ਬਾਰੇ, ਜਿਹੜਾ ਇਹ ਬੰਦਾ ਜਾਣਦਾ, ਹੈ ਨਾ। ਉਹ ਬੰਦੇ ਨੇ ਸਰਚ ਕੀਤੀ ਯਾਰ, ਵਿਚਰਿਆ ਉਹਦੇ ਦੋਸਤਾਂ 'ਚ, ਉਹਦੀ ਫੈਮਿਲੀ ਦੇ ਵਿੱਚ, ਕੀ ਕਰਦਾ ਸੀ, ਉਹਦੀ ਥਿੰਕਿੰਗ ਕੀ ਸੀ, ਕਿਵੇਂ ਖੜਦਾ ਸੀ, ਬਹਿੰਦਾ ਸੀ, ਸਾਰੀ ਸਰਚ ਕਰਕੇ ਮੰਨਣੀ ਪੈਣੀ। ਹਾਂ, ਔਰ ਕੋਈ ਚਮਕੀਲਾ ਕੋਈ ਵਰਲਡ ਵਾਈਡ ਵੱਡਾ ਸਟਾਰ ਨਹੀਂ ਸੀਗਾ ਵੀ ਉਹਦੀ ਫਿਲਮ ਬਣਾਊਗਾ ਉਹਨੂੰ ਪੈਸੇ ਮਿਲਣਗੇ। ਯਾਰ ਬਹੁਤ ਵੱਡਾ ਡਿਸੀਜਨ ਸੀ ਉਹ ਬੰਦੇ ਦਾ ਫਿਲਮ ਬਣਾਉਣੀ ਉਹ 'ਤੇ, ਕਿਉਂਕਿ ਉਹ ਸਿਰਫ ਇੱਕ ਪੰਜਾਬ ਦਾ ਸਟਾਰ ਸੀ ਚਮਕੀਲਾ, ਪੰਜਾਬ ਤੋਂ ਬਾਹਰ ਬਹੁਤ ਘੱਟ ਲੋਕ ਹੋਣੇ ਉਹਨੂੰ ਜਾਣਦੇ ਹੋਣਗੇ, ਜਾਂ ਇੰਨਾ ਵੱਡਾ ਫੇਮਸ ਹੋਊ ਵੀ ਉਹਦੀ ਫਿਲਮ ਰਿਲੀਜ਼ ਹੋਊ ਅਤੇ ਲੋਕ ਦੇਖਣ ਜਾਣਗੇ, ਐਡਾ ਕੋਈ ਚਾਂਸ ਨਹੀਂ ਲੈਂਦਾ ਹੁੰਦਾ। ਨਹੀਂ 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 ਐਡਾ ਨਹੀਂ, ਅਤੇ ਉਹ ਇਹ ਤਾਂ ਆਪਾਂ ਇੱਕ ਦਿਨ ਗੱਲ ਕਰਦੇ ਸੀ ਨਾ ਵੀ ਯਾਰ ਕੀੜਾ ਹੁੰਦਾ ਇਹ, ਕਿਸੇ 'ਚ ਕੰਮ ਕਰਨ ਦਾ ਕੀੜਾ, ਕੰਮ ਕਰਨ ਦਾ ਕੀੜਾ ਸੀ, ਇਹ ਪੈਸ਼ਨ ਹੁੰਦਾ, ਅਤੇ ਉਹ ਕੀੜਾ ਉਹ ਇਹ ਚੀਜ਼ਾਂ ਕਢਵਾਉਂਦਾ ਹੁੰਦਾ, ਹੈ ਨਾ। ਜਿਵੇਂ ਅਨੁਰਾਗ ਕਸ਼ਯਪ ਹੋ ਗਿਆ, ਉਹਨੇ ਗੈਂਗਸ ਆਫ ਵਾਸੇਪੁਰ ਕੱਢੀ, ਹੈ ਨਾ, ਛੋਟੇ ਵੱਜੇ, ਇਹ ਕੀੜੇ ਹੁੰਦੇ ਆ, ਕੀੜੇ ਹੁੰਦੇ ਆ ਇਹ। ਅਤੇ ਦਲਜੀਤ ਦੀ ਗੱਲ ਅਗਰ ਆਪਾਂ ਕਰੀਏ, ਹੁਣ ਵੀ ਦਲਜੀਤ ਨੂੰ ਕਾਫ਼ੀ ਥੋੜ੍ਹਾ ਜਿਹਾ ਆਇਆ ਵੀ ਇਹਨੇ ਪੱਗ ਲਾ ਤੀ ਜਾਂ ਉਹ ਕਰ ਲਿਆ, ਹੈ ਨਾ। ਅਤੇ ਯਾਰ ਕਰੈਕਟਰ ਉਹ ਇੱਕ ਆਰਟਿਸਟ ਬੰਦਾ ਵਾ, ਆਰਟਿਸਟ ਆ ਯਾਰ, ਉਹਨੂੰ ਕਿਸੇ ਪਾਸੇ ਦਾ ਛੱਡੋ ਬੰਦੇ, ਕਿਉਂਕਿ ਐਜ਼ ਏ ਬੀਂਗ ਪੰਜਾਬੀ ਅਸੀਂ ਕਿਸੇ ਨੂੰ ਛੱਡਦੇ ਨਹੀਂ ਹੈਗੇ। ਤੇਰੇ ਲਈ ਸਿੰਗਰ ਕਿਹੜਾ ਵਧੀਆ ਹੋ ਸਕਦਾ ਸਲੀਮੇ, ਜਿਹੜਾ ਲੱਚਰਤਾ ਨਾ ਗਾਉਂਦਾ ਹੋਵੇ, ਸੱਭਿਆਚਾਰਕ ਗਾਉਂਦਾ ਹੋਵੇ, ਹੈ ਨਾ, ਸਾਰਾ ਕੁਛ ਕਰਦਾ ਐਨ ਵਧੀਆ ਤਰੀਕੇ ਨਾਲ। ਫਿਰ ਆਪਾਂ ਤਾਂ ਗੁਰਦਾਸ ਮਾਨ ਨੂੰ ਵੀ ਗਾਲਾਂ ਕੱਢੀਆਂ ਨੇ, ਉਹ ਵੀ ਲਾ ਲਿਆ ਸਟੇਜ ਤੋਂ ਆਪਾਂ ਤਾਂ, ਉਹ ਵੀ ਲਾ ਲਿਆ ਸਟੇਜ ਤੋਂ, ਠੀਕ ਆ, ਗੱਲ ਕੋਈ ਹੋਰ ਹੋਈ ਹੋਊ, ਲੇਕਿਨ ਉਹ 'ਤੇ ਗਾਲਾਂ ਜੋ ਪੈਂਦੀਆਂ ਇਹ ਇਹ ਜੋ ਉਹ, ਆਪਾਂ ਤਾਂ ਉਹਦੀ ਰਿਸਪੈਕਟ ਵੀ ਨਹੀਂ ਕੀਤੀ, ਹੈ ਨਾ। ਅਤੇ ਹੋਰ ਬੰਦੇ ਨੇ ਇੱਥੇ ਹੀ ਸੱਭਿਆਚਾਰਕ ਨੂੰ ਹੀ ਪ੍ਰਮੋਟ ਕੀਤਾ ਵਾ ਆਪਣੇ ਪੰਜਾਬ ਦੇ ਨੂੰ, ਕਲਚਰ ਨੂੰ, ਔਰ ਟਿਪੀਕਲ ਗਾਣੇ ਗਾਏ ਨੇ ਇੱਥੇ, ਉਹ ਜਿਹੇ ਗਾਣੇ ਕਿਸੇ ਨੇ ਕੱਢੇ ਨਹੀਂ। ਅਤੇ ਦਲਜੀਤ ਨੇ ਜੋ ਪਹਿਲਾਂ ਕੀਤਾ ਉਹ ਗਾਣੇ ਠੀਕ ਆ, ਜੋ ਵੀ ਆ, ਇਹਨੇ ਆਪਦੇ ਆਪ ਨੂੰ ਇੰਪਰੂਵ ਕੀਤਾ ਜਿਉਂ ਜਿਉਂ ਅੱਗੇ ਵੱਧਦਾ ਗਿਆ। ਹੁਣ ਵੀ ਇਹ ਆਪਦੀ ਇੰਟਰਵਿਊ ਦੇ ਵਿੱਚ ਇਹ ਕਹਿ ਰਿਹਾ ਕਿ ਮੈਂ ਅੱਗੇ ਤੱਕ ਪੰਜਾਬੀ ਨੂੰ ਜੋ ਬੋਲੀਵੁੱਡ ਦੇ ਵਿੱਚ ਦਿਖਾਇਆ ਜਾ ਰਿਹਾ, ਚੇਂਜ ਕਰਤੀ ਯਾਰ, ਉਹਨੇ ਪਰਸੈਪਸ਼ਨ ਚੇਂਜ ਕਰਤੀ, ਪਰਸੈਪਸ਼ਨ ਚੇਂਜ ਕਰਤੀ ਬੋਲੀਵੁੱਡ ਵਾਲਿਆਂ ਦੀ। ਆਪਾਂ ਨੂੰ ਦਲਜੀਤ ਦੀ ਸਪੋਰਟ ਪਹਿਲਾਂ ਨਹੀਂ ਪਸੰਦ ਸੀਗਾ, ਹਾਂ ਨਹੀਂ ਪਸੰਦ ਸੀ, ਨਹੀਂ ਪਸੰਦ ਸੀ ਦਲਜੀਤ, ਹੁਣ ਉਹ ਸਪੋਰਟ ਕਰਦਾ ਪੰਜਾਬ ਦੀ, ਹਾਂ, ਅੜ ਕੇ। ਅਤੇ ਹੁਣ ਆਪਾਂ ਨੂੰ ਵੀ ਉਹਦੀ ਸਪੋਰਟ ਕਰਨੀ ਚਾਹੀਦੀ ਆ, ਨਿੱਕੀ ਨਿੱਕੀ ਗੱਲ 'ਤੇ ਉਹਨੂੰ ਨਹੀਂ, ਉਹਦੀ ਲੱਤ ਖਿੱਚਣੀ ਚਾਹੀਦੀ, ਇਕੱਲਾ ਹੀ ਲੱਗਿਆ ਹੋਇਆ ਪੰਜਾਬੀਆਂ ਦੀ ਇਮੇਜ ਬਦਲਤੀ ਉਹਨੇ ਬੋਲੀਵੁੱਡ ਦੇ ਵਿੱਚ ਜਾ ਕੇ, ਨਹੀਂ ਤਾਂ ਉਹੀ ਕੀ ਕਹਿੰਦੇ ਹੁੰਦੇ ਆ, ਪੀੜੇ ਪਰਨੇ ਬੰਨਤੇ, ਫੁੱਲਾਂ ਵਾਲੇ ਪਰਨੇ, ਕੱਪੜੇ ਰੰਗ ਬਿਰੰਗੇ ਪਵਾ ਦੇ, ਰੰਗ ਬਿਰੰਗੇ, ਹੈ ਨਾ। ਜਿਵੇਂ ਆਪਾਂ ਲੋਕ ਦੇਖਦੇ ਹਾਂ ਬੋਲੀਵੁੱਡ ਦੇ ਵਿੱਚ ਜੌਨੀ ਲੀਵਰ, ਉਹਨਾਂ ਨੂੰ ਉੱਪਰ ਸਿਰ 'ਤੇ ਰੱਖ ਕੇ ਜੂੜਾ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ,
ਉਹਨੇ ਮਤਲਬ ਪੰਜਾਬੀਅਤ ਦੀ ਇਮੇਜ ਬਹੁਤ ਅੱਗੇ ਚੱਕਤੀ ਹੈ, ਪੰਜਾਬੀਆਂ ਨੂੰ ਲੈ ਕੇ ਜਾ ਰਿਹਾ, ਇਮੇਜ ਚੇਂਜ ਕਰਤੀ ਆਪਾਂ। ਦੋ ਗੱਲਾਂ ਨੇ, ਜਦੋਂ ਅਮਿਤਾਭ ਬੱਚਨ ਨੂੰ ਜਾਂ ਸੋਰੀ ਉਹ ਇੰਟਰਵਿਊਅਰ ਨੂੰ ਟੋਕਿਆ ਸੀ ਉਹਨੇ ਵੀ 1984 ਦੇ ਵਿੱਚ ਇਹ ਉਹ ਨਹੀਂ ਸੀਗਾ, ਸ਼ਰੇਆਮ ਕਤਲੇਆਮ ਸੀਗਾ, ਇੱਕ ਸਾਹਿਬ ਵਨ ਸਾਈਡਡ, ਉਹ ਜਾ ਕੇ ਇੰਟਰਵਿਊ ਤੁਸੀਂ ਦੇਖ ਲਿਓ। ਐਡਾ ਨਾਮ ਕੋਈ ਲੈਂਦਾ ਯਾਰ ਉਹਨੇ ਲਿਆ, ਕੋਈ ਲੈ ਕੇ ਦਿਖਾ ਦੇਵੇ, ਅੱਜ ਕੱਲ੍ਹ ਦਾ ਕੋਈ ਬੱਚਾ ਜਾ ਕੇ ਵੀ ਹਾਂ ਕੋਈ ਟੋਕ ਕੇ ਦਿਖਾ ਦੇਵੇ ਉਹਨੂੰ, ਕਿਉਂਕਿ ਉਹਨਾਂ ਨੂੰ ਕੰਮ ਤੋਂ ਝਾਕ ਆ ਉਹਨਾਂ ਨੂੰ, ਇਹਨੇ ਕਲੀਅਰ ਕਿਹਾ ਵੀ ਬਾਲੀਵੁੱਡ ਸਾਡੇ ਸਮਝ ਗਏ, ਅਤੇ ਤਾਂ ਕਰਕੇ। ਫਿਰ ਦੂਜੀ ਆ ਰੀਸੈਂਟਲੀ ਹੁਣ ਕਪਿਲ ਸ਼ਰਮਾ ਦੇ ਸ਼ੋਅ 'ਚ ਉਹ ਬੈਠਾ ਵਾ ਇਮਤਿਆਜ਼ ਅਲੀ ਦੇ ਨਾਲ, ਡਾਇਰੈਕਟਰ ਨਾਲ ਇਮਤਿਆਜ਼ ਅਲੀ, ਹਾਲਾਂਕਿ ਉਹ ਡਾਇਰੈਕਟਰ ਆ, ਉਹ ਰਿਸਪੈਕਟ ਕਿੰਨੀ ਕਰਦੇ ਆ, ਉਹ ਪ੍ਰਨੀਤੀ ਚੋਪੜਾ ਜੀ ਉਹ ਵਿਚਾਰੀ ਉਹ ਪੋਚੇ ਹੀ ਮਾਰੀ ਜਾਂਦੀ ਆ ਉੱਥੇ, ਐਵੇਂ ਚਾਹ ਪੜੋਸੀ ਵਾਲਾ ਹਾਸਾ ਹੱਸੀ ਜਾਂਦੀ ਆ ਨਾ, ਕਿਉਂਕਿ ਉਹਦੇ ਡਾਇਰੈਕਟਰ ਬੈਠਾ ਉਹ ਤੋਂ ਅੱਗੇ ਫਿਲਮਾਂ ਦੀ ਝਾਕ ਆ ਉਹਨੂੰ। ਅਤੇ ਲੇਕਿਨ ਇਹਨੂੰ ਕਹਿੰਦਾ ਜਦੋਂ ਕਹਿੰਦਾ ਇੱਕ ਟਾਈਮ ਜਬ ਪੰਜਾਬ ਮੇਂ ਨਾ ਇੱਕ ਸ਼ਾਮ ਕੋ ਮਾਹੌਲ, ਹਾਂ ਮਾਹੌਲ ਬਣ ਜਾਤਾ ਹੈ, ਮਤਲਬ ਹਿੰਦੀ 'ਚ ਬੋਲਦਾ, ਇਹਦੀ ਅੱਖਾਂ ਮੱਥੇ 'ਤੇ ਤਿਉੜੀ ਪੈ ਗਈ ਦਲਜੀਤ ਦੇ ਯਾਰ। ਤੋ ਸ਼ਾਮ ਕੇ ਵਕਤ ਆਪਕੋ ਪਤਾ ਹੈ ਕਿ ਪੰਜਾਬ ਮੇਂ ਨਾ ਥੋੜਾ ਸਾ ਲੋਕ ਮੂਡ ਮੇਂ ਆ ਜਾਤੇ ਹੈਂ, ਕਿਉਂਕਿ ਐਸੇ ਮੂਡ ਮੇਂ ਵੋ ਆ ਗਏ, ਅਕਸਰ ਹੀ ਲੋਕ ਸ਼ਾਮ ਕੋ ਮੂਡ ਮੇਂ ਆ ਜਾਤੇ ਹੈਂ, ਅਕਸਰ ਹੀ ਪੰਜਾਬ ਨੇ ਕਹਿੰਦਾ ਨਹੀਂ ਨਹੀਂ ਉਹ ਸਾਰੇ ਕਿਤੇ ਉਸੇ ਵਕਤ ਉਹਨੇ ਟੋਕਿਆ ਨੂੰ ਕਹਿੰਦਾ ਨਹੀਂ ਨਹੀਂ ਏਦਾਂ ਕਰਕੇ ਹਨਾ। ਤੇ ਪੰਜਾਬ ਨਹੀਂ ਸਾਰੇ ਮਾਹੌਲ ਸਾਰੇ ਪਾਸੇ ਬਣਦਾ, ਦਾਰੂ ਕਿੱਥੇ ਨਹੀਂ ਪੀਤੀ ਜਾਂਦੀ ਮਾਹੌਲ ਸ਼ਾਮ ਨੂੰ ਕਿੱਥੇ ਨਹੀਂ ਬਣਦਾ ਹੈਂ, ਤੇ ਲੇਕਿਨ ਪੰਜਾਬੀ ਹੀ ਬਦਨਾਮ ਆ ਵੀ ਪੰਜਾਬੀ ਜ਼ਿਆਦਾ ਦਾਰੂ ਪੀਂਦੇ, ਇਹ ਚੀਜ਼ਾਂ ਨੇ ਤੁਹਾਨੂੰ ਟੋਟਲੀ ਇਹ ਬਸ ਸਪੋਰਟ ਕਰੋ ਯਾਰ ਦਲਜੀਤ ਦੀ, ਦਲਜੀਤ ਦੀ ਹਾਂ ਹਾਂ ਕਰਨੀ ਚਾਹੀਦੀ। ਅਗਰ ਉਹਨੇ ਪੱਗ ਲਾ ਦੀ ਯਾਰ, ਉਹਦਾ ਉਹ ਆਰਟਿਸਟ ਬੰਦਾ ਵਾ, ਉਹਨੇ ਕਿਹਾ ਵੀ ਹੋਇਆ ਵਾ ਜਦੋਂ ਉਹ 60+ ਜਾਊਗਾ ਉਸ ਤੋਂ ਬਾਅਦ ਉਹ ਗਾਤਰਾ ਵੀ ਪਾਲੂਗਾ ਹੈ ਨਾ, ਉਹ ਗੱਲਾਂ ਆਪਾਂ ਮਤਲਬ ਪੂਰੀ ਦਸਤਾਰ ਵੀ ਸਜਾ ਸਕਦਾ ਉਹ, ਲੇਕਿਨ ਹੁਣ ਉਹਦੇ ਕੋਲ ਕਰੈਕਟਰ ਆਇਆ, ਉਹਨੇ ਨਿਭਾਇਆ ਬਹੁਤ ਸੋਹਣਾ ਨਿਭਾਇਆ ਉਹਨੇ ਬੰਦੇ ਨੇ, ਪੱਗ ਨੂੰ ਬਹੁਤ ਵਧੀਆ ਇੱਜ਼ਤ ਦੇ ਰਿਹਾ ਵਾ, ਅੱਗੇ ਲੈ ਕੇ ਜਾ ਰਿਹਾ ਹੈ ਨਾ, ਇੱਜ਼ਤ ਹੀ ਵੱਧਦੀ ਹੈ। ਹਾਂ ਇਸ ਤਰ੍ਹਾਂ ਵਾ। ਅਤੇ ਹੁਣ ਆਪਾਂ ਇਹ ਸੀ ਆਪਣਾ ਚਮਕੀਲਾ ਬਾਰੇ ਸ਼ੋਰਟ ਸ਼ੋਰਟ ਪੋਡਕਾਸਟ, ਸ਼ੋਰਟ ਨਹੀਂ ਸਾਡੇ ਪੋਡਕਾਸਟ ਐਡੇ ਕੀ ਮਿਲਣਗੇ ਤੁਹਾਨੂੰ, ਮਨ ਕਰਦਾ ਸੀ ਯਾਰ ਗੱਲ ਕਰੀਏ, ਸੁਣਿਆ ਬੜਾ ਯਾਰ ਉਹ, ਤੁਸੀਂ ਸੁਣਿਆ ਨੀ ਜਿਹੜੇ ਸਾਡੇ ਨਾਲ ਦੇ ਆ ਜਾਂ ਸਾਡੀ ਏਜਾਂ ਵਾਲੇ ਆ, ਚਮਕੀਲਾ ਸੁਣਿਆ ਕਿੱਥੇ ਜਾਂਦਾ ਸੀ ਯਾਰ ਜ਼ਿਆਦਾ, ਵਿਆਹਾਂ ਦੇ ਵਿੱਚ ਜਦੋਂ ਉਹਨਾਂ ਟਾਈਮਾਂ ਦੇ ਅਖਾੜੇ ਲੱਗਦੇ ਹੁੰਦੇ ਸੀ, ਤੇ ਟਰੈਕਟਰ ਦੇ ਉੱਤੇ, ਟਰੈਕਟਰ ਦੇ ਟਰੱਕ ਡਰਾਈਵਰ ਜਾਂ ਕੋਈ ਟੈਕਸੀ ਡਰਾਈਵਰ ਜਾਂ ਕੱਲਾ ਜਾ ਰਿਹਾ, ਮਿੱਤਰਾਂ ਨੇ ਸ਼ਾਮ ਨੂੰ ਬਹਿਣਾ, ਹਾਂ ਲਾ ਦੇ ਚਮਕੀਲਾ, ਚਮਕੀਲਾ ਹੀ ਚੱਲਦਾ ਹੁੰਦਾ ਸੀਗਾ ਇਸ ਤਰ੍ਹਾਂ, 90 ਵਾਲਿਆਂ ਨੂੰ ਪਤਾ ਚਮਕੀਲਾ ਕੌਣ ਯਾਰ, ਸੁਣਿਆ ਵੀ ਆ, ਤੇ ਹੋ ਗਿਆ ਜੋ ਅਸ਼ਲੀਲ ਕਹਿੰਦੇ ਸੀ ਗੱਲ ਨਹੀਂ ਬੜੀ ਹੁਣ ਤਾਂ, ਬਟ ਹੁਣ ਜਿਹੜਾ ਮਰ ਗਿਆ ਉਹਦੇ ਨਾਲ ਗੱਲਾਂ ਸਾਰੀਆਂ ਖਤਮ ਹੋ ਗਈਆਂ, ਬਟ ਜਿਹੜੀਆਂ ਚੀਜ਼ਾਂ ਉਹਦੀਆਂ ਸੀਗੀਆਂ ਗਾਣੇ ਹੱਥ ਸੀਗੇ ਉਹਦੇ ਬੰਦੇ ਦੇ, ਸੁਣ ਕੇ ਦੇਖਿਓ, ਵਧੀਆ ਚੀਜ਼ ਸੀ, ਬਹੁਤ ਸੋਹਣੇ ਲਫ਼ਜ਼ ਗਾਉਂਦਾ ਰਿਹਾ ਉਹ ਬੰਦਾ, ਲੱਕੜੀਆਂ ਆਖਿਰ ਢੇਰੀਆਂ ਪਾਣੀ ਦਿਆ ਬੁਲ ਬੁਲਿਆ ਕੀ ਬੁਲਿਆ ਤੇਰੀਆਂ ਪਾਣੀ ਇਹਦੇ ਵਿੱਚ ਥੋੜ੍ਹਾ ਜਿਹਾ ਜਾਤਾਂ ਪਾਤਾਂ ਦਾ ਵੀ ਦਿਖਾਇਆ ਹੈ, ਊਚ ਜਾਤ ਨੀਚ ਜੋ ਵੀ ਹੁੰਦਾ ਅੱਜ ਕੱਲ੍ਹ ਚੱਲਦਾ ਬਹੁਤ ਫੰਡਾ, ਮੈਨੂੰ ਇਹ ਲੱਗਦਾ ਹੁੰਦਾ ਸੀਗਾ ਵੀ ਜਦੋਂ ਜਦੋਂ ਆਪਾਂ ਐਜੂਕੇਸ਼ਨ ਜੋ ਲੈਵਲ ਉੱਚਾ ਹੁੰਦਾ ਜਾਊਗਾ ਅਤੇ ਅੰਧ ਵਿਸ਼ਵਾਸ ਔਰ ਜਾਤਾਂ ਪਾਤਾਂ ਊਚ ਨੀਚ ਘੱਟਦੀਆਂ ਜਾਣਗੀਆਂ, ਲੇਕਿਨ ਇਹਦੇ ਉਲਟ ਹੋ ਰਿਹਾ ਵਾ ਬਈ, ਦੋ ਹਜ਼ਾਰ ਬਹੁਤ ਜ਼ਿਆਦਾ ਹੋ ਰਿਹਾ, 2024 'ਚ ਆ ਗਏ ਜਦੋਂ ਛੋਟੇ ਸੀ ਆਹੀ ਸੋਚਦੇ ਸੀ, ਬਟ 2024 ਦੇ ਵਿੱਚ ਆ ਕੇ ਆ ਜਾਤ ਪਾਤ ਮੈਨੂੰ ਲੱਗਦਾ ਜ਼ਿਆਦਾ ਹੋ ਗਈ, ਜ਼ਿਆਦਾ ਹੋ ਗਈ ਇੱਥੇ ਹੁਣ ਨਫ਼ਰਤ ਜ਼ਿਆਦਾ ਹਾਵੀ ਹੁੰਦੀ ਜਾ ਰਹੀ ਹੈ। ਤੇ ਐਟ ਦਾ ਐਂਡ ਆਫ ਦਾ ਆਵਰ ਪੋਡਕਾਸਟ ਮੈਂ ਸਿਰਫ ਇਹੀ ਕਹੂੰਗਾ, ਅਸੀਂ ਸਿਰਫ ਇਹੀ ਕਹਾਂਗੇ ਕਿ ਯਾਰ ਆਪਾਂ ਨੂੰ ਸਾਰਿਆਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ, ਜੋ ਕੋਈ ਚੀਜ਼ ਮੂਹਰੇ ਆਉਂਦੀ ਹੈ ਆਪਣੇ ਹੱਥ ਪਾਸ ਉਹਨੂੰ ਸਕਿੱਪ ਕਰ ਸਕਦੇ ਹਾਂ, ਨਾ ਦੇਖੀਏ, ਠੀਕ ਹੈ, ਗਲਤ ਹੋ ਰਿਹਾ ਅਸੀਂ 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 ਵੀਡੀਓ ਪਾ ਰਹੇ ਨੇ ਪਾ ਰਹੇ ਹੁੰਦੇ ਹਾਂ ਸਾਡਾ ਵੀ, ਤੁਸੀਂ ਅਗਰ ਅਸੀਂ ਪਿਛਲੇ ਪੋਡਕਾਸਟ ਵੀ ਬੋਲਿਆ ਸੀਗਾ, ਅਸੀਂ ਸਾਡਾ ਪੇਜ ਆ ਕੇ ਦੇਖੋ ਸੋਸ਼ਲ ਮੀਡੀਆ 'ਤੇ, ਫੇਸਬੁੱਕ ਇੰਸਟਾਗ੍ਰਾਮ
ਡੂਬਰੋ ਬਲੌਗ ਹੀ ਨਾਮ ਨਾਮ ਆ ਸਾਰੇ ਸਾਡੇ ਸੋਸ਼ਲ ਮੀਡੀਆ ਦਾ, ਅਤੇ ਇੱਕ ਸੋਸ਼ਲ ਮੀਡੀਆ ਸਾਡਾ ਐਡ ਆ ਜਿਹੜਾ ਪਰਸਨਲ ਆ, ਸੈਲ ਮੁਹੰਮਦ SAL ਆ, ਹੈ ਨਾ, ਅਤੇ ਉਹ ਵੀ ਇੰਸਟਾ ਫੇਸਬੁੱਕ ਤੁਹਾਨੂੰ ਮਿਲ ਜੂਗਾ। ਤੁਸੀਂ ਅਗਰ ਉਹਨਾਂ 'ਤੇ ਸਰਚ ਕਰੋਗੇ, ਅਸੀਂ ਵੀ ਲੱਚਰਤਾ ਦੇ ਖਿਲਾਫ਼ ਬੋਲਦੇ ਹਾਂ, ਜੋ ਕੁੜੀਆਂ ਲੱਚਰਤਾ ਜ਼ਿਆਦਾ ਫੈਲਾ ਰਹੀਆਂ ਨੇ, ਹੈ ਨਾ, ਜੋ ਜ਼ਿਆਦਾ ਹੀ ਆਪਦੇ ਆਪ ਨੂੰ ਸਿਰਫ ਕੈਮਰਾ ਪਿਛਵਾੜੇ ਤੋਂ ਲੈ ਕੇ ਛਾਤੀ 'ਤੇ ਹੀ ਰੱਖਦੀਆਂ ਨੇ, ਹੈ ਨਾ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਜ਼ਿਆਦਾ ਵੈਲਿਊ ਇਹ ਦੋ ਚੀਜ਼ਾਂ ਪਾ ਰਹੀਆਂ ਨੇ, ਜ਼ਿਆਦਾ ਦੈਨ ਦਾ ਫੇਸ, ਹੈ ਨਾ, ਅਤੇ ਉਹ ਚੀਜ਼ਾਂ ਵੀ ਰਹੀਆਂ ਬਾਈ, ਹੈ ਵੀ ਚੀਜ਼ਾਂ ਅਸੀਂ ਬੋਲ ਰਹੇ ਹਾਂ ਜੋ ਚੀਜ਼ਾਂ ਸਾਡੇ ਆਉਂਦੀਆਂ ਨੇ, ਅਤੇ ਪ੍ਰਮੋਸ਼ਨ ਕੋਈ ਨਹੀਂ, ਲੇਕਿਨ ਆਪਾਂ ਨੂੰ ਥੋੜ੍ਹਾ ਜਿਹਾ ਉੱਤੇ ਉੱਠਣ ਦੀ ਲੋੜ ਆ, ਇੱਕ ਲੈਵਲ 'ਤੇ। ਜ਼ਰੂਰੀ ਨਹੀਂ ਹਰ ਗੱਲ ਆਪਾਂ ਅਗਰੈਸਿਵ ਹੋ ਕੇ ਕਰਨੀ, ਆਪਾਂ ਨੂੰ ਚੰਗੀ ਨਹੀਂ ਲੱਗੀ, ਨੋਰਮਲ ਵੇ ਨਾਲ ਵੀ ਆਪਾਂ ਅੱਗੇ ਰੱਖਦੀ, ਹਰ ਟਾਈਮ ਲੜਨਾ ਲੜਨਾ, ਸੋਸ਼ਲ ਮੀਡੀਆ 'ਤੇ ਜ਼ਿਆਦਾ ਹੀ ਲੜਾਈ ਵੱਧ ਗਈ। ਹਾਂ, ਅਤੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਹੀ ਸਾਰਾ ਕੁਛ ਝੱਲਣਾ ਪੈ ਰਿਹਾ ਸਾਰਾ, ਹੈ ਨਾ, ਸਾਰਿਆਂ ਨੂੰ, ਅਤੇ ਇਸ ਲਈ ਆਪਣਾ ਅਵੇਅਰ ਰਹੋ ਸਾਰੀ ਚੀਜ਼। ਹੋਪ ਸੋ ਤੁਹਾਨੂੰ ਸਾਡਾ ਇਹ ਪੋਡਕਾਸਟ ਵਧੀਆ ਲੱਗਿਆ ਹੋਵੇਗਾ। ਕੁਛ ਹੋਰ ਐਡ ਕਰਨਾ ਸਲੀਮ? ਨਹੀਂ ਯਾਰ, ਇਹ ਤਾਂ ਸੀ ਆਪਣਾ ਚਮਕੀਲੇ ਬਾਰੇ, ਅਤੇ ਕਲਿੱਪ ਲਾ ਦਾਂਗੇ ਅਸੀਂ ਉਹ ਜੈਸਮੀਨ ਵਾਲੀ। ਚਲੋ ਜੀ, ਮਿਲਦੇ ਹਾਂ ਆਪਾਂ ਨੈਕਸਟ ਪੋਡਕਾਸਟ ਦੇ ਵਿੱਚ, ਆਪਣੀ ਨਿੱਕੀ ਛੋਟੀ ਜਿਹੀ ਮਤਲਬ ਜੋ ਸੈਸ਼ਨ ਆ ਗੱਲਾਂ ਬਾਤਾਂ ਦਾ, ਅਤੇ ਬਹੁਤ ਬਹੁਤ ਧੰਨਵਾਦ ਦੇਖਣ ਲਈ, ਥੈਂਕ ਯੂ, ਬਾਏ ਬਾਏ।